ਸਾਹਿਬ ਕਦੇ ਕਿੰਨੇ ਸਾਨੂੰ ਛੱਡ ਗਏ ਯਾਰ ਯਾਰ ਕਹਿ ਕੇ, ਕਿੰਨੇ ਮਤਲਬ ਕੱਢ ਗਏ। ਆਓ ਰਿੰਕੂਆ ਕਈ ਛੱਡ ਚੱਲੇ ਜਿੱਤੇ ਟਾਮਿਆਂ ਨੇ ਸਾਥ ਨੇ, ਸਾਡੀ ਮਹਿਫਲ ਚ ਬਹਿਣ ਵਾਲੇ ਆਹ ਬੰਦੇ ਕੁਝ ਖਾਸ ਨੇ। ਇੱਕ ਪਾਸੇ ਗੁਰਪ੍ਰੀਤ, ਇੱਕ ਪਾਸੇ ਜੱਗੂ, ਬੱਲੇ ਬੱਲੇ ਬੱਲੇ। ਓ ਗੁਰਪ੍ਰੀਤ ਦੀਆਂ ਰੇਡਾਂ ਵਧੀਆ ਲੱਗੀਆਂ, ਅਗਲੇ ਬੋਲਾਂ ਦੇ ਲਈ ਸਾਡੇ ਭਰਾ ਉਹ ਵੀ ਬਿਲਕੁਲ ਤਿਆਰ। ਅੱਜ ਚੌਥਾ ਦਿਨ ਹੀ ਆ ਜੱਗੂ ਨੂੰ ਖੇਡਦਾ, ਇੰਜਰੀ ਪਹਿਲਾਂ ਵੀ ਆ ਗਈ ਔਰ ਕਈ ਦਿਨਾਂ ਤੋਂ ਬਾਅਦ। ਰਵੀ ਸਰੋਏ ਸਾਡਾ ਵੀਰ ਹੈ, ਸੋਸ਼ਲ ਮੀਡੀਆ ਦੇ ਉੱਪਰ ਚਰਚੇ ਹੁੰਦੇ ਜੱਗੂ ਨਾਲ ਫੱਟੇ ਚ ਗੱਡੇ ਕਿਲ ਵਰਗੀ ਜਾ ਰਹੀ ਹੈ। ਲੈ ਵੀ ਰਵੀ, ਮਨੀ ਗਿੱਲ ਦਾ ਅੱਜ ਫੋਨ ਆਇਆ ਸੀ ਵਰਿਆ ਵਾਲੇ ਦਾ, ਕਿਉਂ ਬਈ ਲਵਲੀ ਜੈਲਦਾਰਾ ਖੁਸ਼ ਹੋ। ਹੈਲੋ ਵੀਰੇ, ਵੀਰੇ ਸ਼ਰਾਬ, ਹੈਲੋ ਬਾਈ ਨਸ਼ੇ ਦਾ ਸੇਵ ਬਾਈ, ਆ ਥੋੜ੍ਹਾ ਰੇਂਜ ਦੀ ਪ੍ਰੋਬਲਮ ਆ ਰਹੀ ਆ, ਪਲੀਜ਼ ਯਾਰ ਯਾਰ ਇਹਨੂੰ ਰੇਂਜ ਨੂੰ ਉੱਪਰ ਬੰਨ ਦਿੰਦਾ ਯਾਰ, ਜੇ ਇੰਨੀ ਦਿੱਕਤ ਸੀ ਰੇਂਜ ਨੂੰ ਉੱਪਰ ਬੰਨ ਦਿੰਦਾ ਯਾਰ। ਉਹ ਯਾਰ ਆਹ ਹਾਲ ਤਾਂ ਕਿਸੇ ਮੇਲੇ 'ਤੇ ਵੀ ਨਹੀਂ ਹੋਇਆ ਵੀਰੇ। ਗਰਾਊਂਡ ਇੱਕ ਵਾਰੀ ਕਲੀਅਰ ਕਰ ਦਿਓ, ਥੋੜ੍ਹੀ ਸੱਟ ਲੱਗੀ ਹੈ ਸੱਚੇ ਪਾਤਸ਼ਾਹ ਮਹਿਗਰੂ ਮਿਹਰ ਕਰੀ। ਹੈਲੋ ਬਾਈ, ਵਾਧੂ ਬੰਦੇ ਗਰਾਊਂਡ 'ਚੋਂ ਬਾਈ ਬਣ ਕੇ ਬਾਹਰੇ ਹੋਏ ਯਾਰ, ਦੋ ਮਿੰਟ ਖਾਤਰ ਵਾਧੂ ਬੰਦੇ ਬਾਈ ਬਣ ਕੇ ਬਾਹਰੇ ਹੋਏ। ਬਿਲਕੁਲ ਜੀ, ਆਪਾਂ ਗਰਾਊਂਡ ਬਿਲਕੁਲ ਕਲੀਅਰ ਰੱਖਣਾ ਹੈ। ਇੱਕ ਬਾਈ ਬਣ ਕੇ ਦਾਰੂ ਪੀ ਕੇ ਯਾਰ ਗਰਾਊਂਡ 'ਚ ਨਾ ਹੋ ਜਾ ਬਾਈ, ਜਿਨ੍ਹਾਂ ਨੇ ਪੈਗ ਲਾਇਆ, ਕਿਉਂਕਿ ਸਾਡਾ ਖਿਡਾਰੀਆਂ ਦਾ ਮੰਦਰ ਮਸਜਿਦ ਮੱਕਾ ਮਦੀਨਾ ਸਾਰਾ ਕੁਛ ਇਹੀ ਹੋਈ ਹੈ ਬਾਈ ਬਣ ਕੇ ਦਾਰੂ। ਜਿਨ੍ਹਾਂ ਨੇ ਮਾੜਾ ਮੋਟਾ ਪੀਤੀ ਹੋਈ ਆ ਬਾਹਰਲੇ ਪਾਸੇ ਰਹੋ ਵੀਰੇ, ਬਣ ਕੇ ਗਰਾਊਂਡ ਦੇ ਵਿੱਚ ਕਿਸੇ ਨੇ ਨਹੀਂ ਆਉਣਾ ਵੀਰੇ। ਨਸ਼ੇ ਦਾ ਸੇਵਨ ਕਰਕੇ ਨਾ ਹੋਏ, ਵੈਸੇ ਇਹ ਬਹੁਤ ਪਵਿੱਤਰ ਜਗ੍ਹਾ, ਕਿਉਂਕਿ ਨੌਵੇਂ ਪਾਤਸ਼ਾਹ ਦੀ ਯਾਦ 'ਚ ਸਪੋਰਟਸ ਕਲੱਬ ਬਣੀ ਹੋਈ ਹੈ। ਸਾਡੀ ਹੱਥ ਬਣ ਕੇ ਬੇਨਤੀ ਹੈ ਜਿਨ੍ਹਾਂ ਨੇ ਸਾਰਾ ਸਰਬੰਸ ਵਾਰ ਦਿੱਤਾ, ਔਰ ਸਹਿਬ ਕਮਾਲ ਕਲੰਗੀਧਰ ਪਾਤਸ਼ਾਹ ਦੀ ਮਿਹਰ ਹੈ, ਨੌਵੇਂ ਪਾਤਸ਼ਾਹ ਇਸ ਇਲਾਕੇ ਦੇ ਵਿੱਚੋਂ ਲੰਘ ਕੇ ਕਹਿੰਦੇ ਧਮਤਾਨ ਸਾਹਿਬ ਗਏ ਸਨ। ਵੀਰੇ ਥੋੜ੍ਹੀ ਜ਼ਿਆਦਾ ਰਸ਼ ਨਾ ਕਰੋ ਵੀਰੇ, ਬਰਫ਼ ਲੈ ਕੇ ਆਓ ਜੇ ਕਿਸੇ ਭਰਾ ਬਰਫ਼ ਕੋਈ ਲਿਆ ਸਕ, ਆਹ ਇੱਥੇ ਰਸ ਵਾਲੇ ਤੋਂ ਲੈ ਆਓ, ਜੂਸ ਵਾਲੇ ਤੋਂ ਕਿਸੇ ਨੂੰ ਬਰਫ਼ ਲੈ ਆਓ ਭਰਾ, ਫਿਰ ਬਾਹਰ ਜਾ ਕੇ। ਫਲੇੜੇ ਵਾਲਾ ਪੀਤਾ ਵੀ ਪੁੱਜਿਆ ਹੋਇਆ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਅੱਜ ਸਹੁਰੇ ਪਿੰਡ ਦੇ ਵਿੱਚ ਪੁੱਜਿਆ ਸਾਡਾ ਵੀਰ ਪੀਤਾ ਫਲੇੜੇ ਵਾਲਾ। ਹਾਂ ਹੈਰੀ ਹੋਏ ਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਉਧਰ। ਅੱਜ ਕਹਿੰਦੇ ਭਾਦਲੇ ਦੀ ਧਰਤੀ ਹੈ, ਕੁੱਲ ਦੁਨੀਆਂ ਦੇ ਲੋਕਾਂ ਨੂੰ ਹੱਥ ਜੋੜ ਕੇ ਇਹੋ ਅਰਜ਼ ਕਰਾਂ, ਅੱਗੇ ਤੁਹਾਡੀ ਮਰਜ਼ੀ ਹੈ, ਬਸ ਅਦਾ ਮੈਂ ਆਪਣਾ ਫਰਜ਼ ਕਰਾਂ, ਤੁਸੀਂ ਕੋਲ ਬਿਠਾ ਕੇ ਬੱਚਿਆਂ ਨੂੰ ਫੋਨ ਤੋਂ ਪਾਸੇ ਕਰਕੇ ਤੇ ਜਰਾ ਕੋਲ ਬਿਠਾਓ ਬੱਚਿਆਂ ਨੂੰ, ਕਲਗੀਧਰ ਦੇ ਬੱਚਿਆਂ ਦਾ ਇਤਿਹਾਸ ਸੁਣਾਓ ਬੱਚਿਆਂ ਨੂੰ, ਕਲਗੀਧਰ ਦੇ ਬੱਚਿਆਂ ਦਾ ਮੇਰੇ ਖਿਆਲ ਇਤਿਹਾਸ ਸੁਣਾਓ ਬੱਚਿਆਂ ਨੂੰ। ਹਾਂਜੀ, ਦੋ ਮਹੀਨਿਆਂ ਦੇ ਗੈਪ ਤੋਂ ਬਾਅਦ ਇਹ ਚੌਥਾ ਦਿਨ ਹੈ, ਅੱਜ ਜੱਗੂ ਨੂੰ ਖੇਡਦੇ ਆ, ਤੁਹਾਡੀਆਂ ਸ਼ੁਭ ਦੁਆਵਾਂ ਸਭ ਦੀਆਂ ਹੈ, ਔਰ ਅਰਦਾਸ ਕਰਿਓ ਨੌਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਵਿਰਥੀ ਕਦੇ ਨਾ ਹੋਏ ਜਨ ਕੀ ਅਰਦਾਸ। ਇਹ ਸਾਡੀ ਖੇਡ ਕਬੱਡੀ ਦਾ ਹੀਰਾ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ। ਜਿਹੜੇ ਜਿਹੜੇ ਜੱਗੂ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਕੇ ਹੌਸਲਾ ਦਿਓ ਯਾਰ ਜੱਗੂ ਨੂੰ, ਕੋਈ ਗੱਲ ਨਹੀਂ, ਜਿੱਤਾਂ ਹਾਰੀਆਂ ਜ਼ਿੰਦਗੀ ਦੇ ਪਹਿਲੇ, ਜੇ ਦਿਨ ਹੈ ਤਾਂ ਰਾਤ ਹੈ, ਜੇ ਭੁੱਖ ਹੈ ਤਾਂ ਤੇ ਹੈ, ਧੁੱਪ ਹੈ ਤਾਂ ਛਾਂ ਹੈ, ਇਹ ਚੱਲਦਾ ਹੀ ਰਹਿੰਦਾ, ਕਿਉਂਕਿ ਕਬੱਡੀ ਆ ਕਿਸੇ ਨੇ ਨਹੀਂ ਜਿੱਤੀ, ਕਿਉਂ ਵੀ ਗੋਲਡੀ ਬਾਈ, ਪਰ ਇਹ ਸਾਡੀ ਖੇਡ ਕਬੱਡੀ ਦਾ ਮਾਣ ਹੈ, ਜੱਗੂ ਹਾਕਮ ਵਾਲੀ ਦਾ ਸਿੱਕਾ ਚੱਲਦਾ। ਔਰ ਸੋਨੀ ਭਾਦੜੇ ਵਾਲਾ NRI ਕਬੱਡੀ ਕਲੱਬ ਨਕੋਦਰ ਦੇ ਲਈ ਇਸ ਸਾਲ ਕਬੱਡੀਆਂ ਪਾਉਣੀਆਂ ਬੱਗਿਆਂ ਵਾਲੇ, ਮੈਂ ਸ਼ੁਰੂ ਕਰੋ ਸੋਨੀ ਕਹਿੰਦਾ, ਕੋਈ ਚੱਕਰ ਨਹੀਂ। ਗੁਰਦੀਪ ਗੀਤੂ ਬਾਈ ਹੋਰੀ
ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਅਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦ ਜੀ।